तन 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 जन आया जेहे प्रसाद सब जगत तराया जन आवन का इह सो आओ जन कै संग चित आवै नाओ आप मुकत मुकत करे संसार नानक तिस जन का सदा नमस्कार मत सुमत तेरे वस स्वामी हम जंत तुम पुरख जंतनी जन नानक के प्रभ करते स्वामी ज्यो पावे तिमें बोलनी जन नानक के प्रभ करते स्वामी ज्यों पावे तिमें बोलनी परम पूज्य पाद वालिए कुल आलम हजूरे अनवर शाहे शहनशाह छत्र चवर तख्त दे मालिक रूहानियत दे मुजस्मे कलयुग दे बोहित जुगो जुग अटल साहिब श्री गुरु ग्रंथ साहिब जी दी पावन पवित्र गोद विच सजी होई गुरु प्यार वाली गुरु स्वरूप सात संगत जीओ आप जी बड़भागी हो महान पर्युपकारी नाम बाणी दे रसीए सत्कार योग महापुरुष संत बाबा इकबाल सिंह जी कलगी तर ट्रस्ट गुरुद्वारा बड़ू साहिब अकाल अकैडमिया समुचे प्रबंधक डॉक्टर खेम सिंह जी गिल काका वीर जी जसवंत सिंह जी समुचे गुरु के सेवादार मिलके हर साल ही महान संत समागम करवा के संगतां नूं धन धन साहिब श्री गुरु ग्रंथ साहिब जी दे नाल जोड़ रहे ने परम सत्कार योग तत्वेते ब्रह्म नेष्टी ब्रह्म स्रोतरी संत अतर सिंह जी मस्तुआणा साहिब जी दे संस्थापक महापुरश संत बाबा अतर सिंह जी नूं याद करदियां होया उन्हां दी सिमृति दे विच ए महान समागम चल रहा है जिस दे विच महान गुरु के कीर्तनीए प्रचारक रागी ढाडी साहिबान संत महापुरश और आप महापुरश अमृत बचन संगतां नूं सरवण करवा रहे ने कितनी सतगुरां दी रहमत है कि महापुरशां वल्लों श्री कलगीधर ट्रस्ट बड़ू साहिब वल्लों महान उपराला करके दिल्ली से गुरद्वारा प्रबंधक कमेटी दे प्रधान सरदार मनजीत सिंह जी के
ਤਿਨ੍ਹਾਂ ਦੀ ਸਹਿਯੋਗ ਸਮੁੱਚੀ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਮਹਾਨ ਸਮਾਗਮ ਚੱਲਦੇ ਨੇ ਔਰ ਗੁਰੂ ਕੀਆਂ ਸੰਗਤਾਂ ਵਡਭਾਗੀ ਸੰਗਤਾਂ ਪਹੁੰਚ ਕੇ ਲਾਹਾ ਪ੍ਰਾਪਤ ਕਰਦੀਆਂ ਨੇ। ਵਡਭਾਗੀ ਹਰ ਸੰਗਤ ਪਾਵਹਿ ਭਾਗਹੀਨ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀਓ। ਵਡਭਾਗੀ ਗੁਰੂ ਕੀਆਂ ਸੰਗਤਾਂ ਸਮੇਂ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰ ਕੇ ਗੁਰੂ ਦੀ ਅਸੀਸ ਦੇ ਪਾਤਰ ਬਣਦੇ ਨੇ। ਭਾਗ ਤੋਂ ਹੀਣਾ ਮਨੁੱਖ ਗੁਰੂ ਦੇ ਪਾਸ ਰਹਿ ਕੇ ਵੀ ਗੁਰੂ ਤੋਂ ਦੂਰ ਹੈ, ਨਜ਼ਦੀਕ ਰਹਿ ਕੇ ਵੀ ਸੰਗਤ ਦੇ ਵਿੱਚ ਪਹੁੰਚ ਨਹੀਂ ਸਕਦਾ ਹੈ, ਕਿਉਂਕਿ ਸਾਰ ਕੁਤਾਵਲੀ ਦਾ ਇੱਕ ਸ਼ਬਦ ਹੈ, ਭਾਗਹੀਣ ਕੋ ਨਹਿ ਮਿਲੈ ਭਲੀ ਵਸਤ ਕੋ ਭੋਗ, ਦਾਖ ਪੱਕੇ ਮੁਖ ਪਾਕ ਹੋਏ ਹੋਤ ਕਾਕ ਕੋ ਰੋਗ। ਇਹ ਜਿੱਥੋਂ ਵਿਦਾਂਤ ਸ਼ੁਰੂ ਹੁੰਦਾ ਹੈ ਨਾ, ਵਿਦਾਂਤ ਦੀ ਸ਼ੁਰੂਆਤ ਸਾਰ ਕੁਤਾਵਲੀ ਇੱਕ ਬਿਲਕੁਲ ਛੋਟਾ ਜਿਹਾ ਗ੍ਰੰਥ ਹੈ, ਉੱਥੋਂ ਸ਼ੁਰੂਆਤ ਹੁੰਦੀ ਹੈ। ਉਹਦੇ ਵਿੱਚ ਉਸ ਵਿਦਵਾਨ ਨੇ ਕਿਹਾ ਕਿ ਭਾਗਹੀਣ ਕੋ ਨਹਿ ਮਿਲੇ, ਭਾਗਾਂ ਤੋਂ ਹੀਣੇ ਮਨੁੱਖ ਨੂੰ ਭਲੀ ਵਸਤੂ ਵਧੀਆ ਚੰਗੀ ਵਸਤੂ ਉੱਤਮ ਵਸਤੂ ਦਾ ਭੋਗ ਸ਼ਾਂਦਾ ਨਹੀਂ ਮਿਲਦਾ, ਹਿੱਸਾ ਨਹੀਂ ਮਿਲਦਾ। ਤਰਕ ਕਰਨ ਵਾਲੇ ਨੇ ਤਰਕ ਕਰ ਦਿੱਤੀ ਕਿ ਬਾਗਾਂ ਦੇ ਵਿੱਚ ਅਨੇਕ ਪ੍ਰਕਾਰ ਦੇ ਫਲ ਫਰੂਟ ਪੱਕਦੇ ਨੇ ਤੇ ਕਾਂ ਵਰਗੇ ਜਿਹੜੇ ਜਾਨਵਰ ਨੇ ਵਿਸ਼ਤਾ ਫਰੋਲਣ ਵਾਲੇ ਗੰਦਗੀ ਖਾਣ ਵਾਲੇ, ਉਹਨਾਂ ਨੂੰ ਤੇ ਉਹ ਵੀ ਫਰੂਟ ਮਿਲ ਹੀ ਜਾਂਦੇ ਹੋਣਗੇ ਨਾ, ਕੌਣ ਰੋਕ ਸਕਦਾ। ਪਰ ਉਸ ਵਿਦਵਾਨ ਨੇ ਕਿਹਾ ਕਿ ਉਹ ਕਾਂ ਦੇ ਭਾਗਾਂ ਦੇ ਵਿੱਚ ਨਹੀਂ, ਕਿਉਂ? ਜਦੋਂ ਬਾਗਾਂ ਦੇ ਵਿੱਚ ਮੇਵੇ ਪੱਕਦੇ ਨੇ, ਕਾਵਾਂ ਦੇ ਮੂੰਹ ਪੱਕ ਜਾਂਦੇ ਨੇ, ਉਹ ਉਸ ਸਮੇਂ ਵੀ ਨਹੀਂ ਖਾ ਸਕਦੇ ਹਨ। ਇਸ ਕਰਕੇ ਆਪ ਜੀ ਬਹੁਤ ਵਡਭਾਗੀ ਹੋ, ਗੁਰੂ ਹਜ਼ੂਰ ਪਹੁੰਚ ਕੇ ਸੇਵਾ ਸਿਮਰਨ ਤਨ ਮਨ ਧਨ ਕਰਕੇ ਸੇਵਾ ਕਰਕੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣ ਰਹੇ ਹੋ। ਆਓ ਪਿਆਰ ਸਤਿਕਾਰ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ, ਮਸਤੂ ਆਉਣ ਵਾਲੇ ਜਿਨ੍ਹਾਂ ਦੇ ਸੰਬੰਧ ਵਿੱਚ ਆਪ ਜੀ ਹੋਣੇ ਸਟੇਜ ਸਕੱਤਰ ਸਾਹਿਬ ਜੀ ਦੀ ਰਸਨਾ ਤੋਂ ਵੀ ਪਿਆਰੇ ਬਚਨ ਸਰਵਣ ਕਰ ਰਹੇ ਸੀ। ਸ਼ਾਇਦ ਮੈਂ ਗਲਤੀ ਨਾ ਕਰਦਾ ਹੋਵਾਂ, ਇਹ ਪਹਿਲੇ ਸੰਤ ਨੇ ਜਿਨ੍ਹਾਂ ਨੇ ਸਿਮਰਨ ਦੇ ਨਾਲ ਨਾਲ ਸਾਨੂੰ ਸੰਸਾਰਿਕ ਵਿੱਦਿਆ ਦੇ ਨਾਲ ਜੋੜਨ ਵਾਸਤੇ ਵੀ ਉਪਰਾਲੇ ਕੀਤੇ ਨੇ। ਇਹ ਠੀਕ ਹੈ ਕਿ ਕਈ ਵਾਰੀ ਅਸੀਂ ਤਰਕ ਕਰਦੇ ਹਾਂ ਵੀ ਸੰਤਾਂ ਨੂੰ ਕੀ ਲੋੜ ਹੈ। ਮੈਂ ਬੇਨਤੀ ਕਰਦੇ ਇੱਕ ਮਹਾਂਪੁਰਸ਼ ਨੂੰ ਮੈਂ ਬੇਨਤੀ ਕੀਤੀ, ਅਫਸੋਸ ਦੀ ਗੱਲ ਕਿ ਉਸ ਸਮੇਂ ਮੇਰਾ ਸੰਪਰਕ ਇਸ ਸੰਪਰਦਾਇ ਦੇ ਨਾਲ ਨਹੀਂ ਬਣਿਆ ਸੀ। ਅਜੇ ਮੈਂ ਬੇਨਤੀ ਕੀਤੀ ਇੱਕ ਸੰਤ ਨੂੰ, ਮਹਾਤਮਾ ਨੂੰ, ਕਿ ਮਹਾਰਾਜ ਇਸ ਨਗਰ ਦੇ ਵਿੱਚ ਕੋਈ ਸਕੂਲ ਨਹੀਂ, ਖਾਸ ਕਰਕੇ ਲੜਕੀਆਂ ਦੀ ਐਜੂਕੇਸ਼ਨ ਦਾ ਕੋਈ ਪ੍ਰਬੰਧ ਨਹੀਂ, ਅਤੇ ਜ਼ਮੀਨ ਮੈਂ ਤੁਹਾਨੂੰ ਲੈ ਕੇ ਦੇਣਾ, ਰਜਿਸਟਰੀ ਕਰਵਾ ਕੇ ਦੇਣਗੇ, ਸਕੂਲ ਬਣਾ ਦਿਓ। ਕਹਿੰਦੇ ਜੀ ਸਾਡਾ ਕੰਮ ਗੁਰਦੁਆਰੇ ਬਣਾਉਣ ਦਾ, ਸਕੂਲ ਬਣਾਉਣ ਦਾ ਨਹੀਂ ਹੈ। ਹੁਣ ਗੁਰਦੁਆਰੇ ਕਿਸ ਵਾਸ ਕਿਸ ਕੰਮ ਆਉਣਗੇ ਜੇ ਗੁਰਦੁਆਰੇ ਦੀ ਮਹਾਨਤਾ ਦਾ ਹੀ ਨਹੀਂ ਪਤਾ ਹੋਵੇਗਾ। ਗੁਰੂ ਘਰ ਵਿੱਚ ਆ ਕੇ ਕਰਨਾ ਕੀ ਹੈ, ਕਿਸ ਵਾਸਤੇ ਗੁਰਦੁਆਰੇ ਬਣਾਏ ਨੇ? ਗੁਰਦੁਆਰੇ ਖਾਲੀ ਪਏ ਰਹਿਣਗੇ, ਬਹੁਤ ਸਾਰੇ ਪਏ ਹੋਏ ਨੇ। ਪਰ ਮੈਂ ਧੰਨਵਾਦ ਦਿੰਦਾ ਹਾਂ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਇਕਬਾਲ ਸਿੰਘ ਜੀ, ਜਦੋਂ ਮੈਂ ਇਹਨਾਂ ਦੇ ਵੱਲੇ ਤੱਕਦਾ ਹਾਂ ਨਾ ਤਾਂ ਮੈਨੂੰ ਸਤਿਗੁਰਾਂ ਦੇ ਬਚਨ ਯਾਦ ਆ ਜਾਂਦੇ ਨੇ, ਗੁਰਮੁਖ ਬੁੱਢੇ ਕਦੇ ਨਾਹੀਂ
जिन्ना अंतर सुरत ज्ञान इतनी अवस्था हुंदिया होया भी मन विच इक प्यार है, मन विच दर्द है कि मेरी कौम दे बच्चे ते बच्चियां वैल एजुकेशन एजुकेटड होन, वधिया पढ़ाई उन्हां नूं प्राप्त हो जाए। इस करके इन्होंने दिन रात ते तोहैया करके अकैडमियां खोलणियां शुरू कीतियां, उन ते यूनिवर्सिटी भी बन गई अकाल यूनिवर्सिटी तख्त श्री दमदमा साहिब, और बहुत वड्डी गिनती दे विच बन गईयां ने। बड़ू साहब तो बाद विच जिहड़ी पहली ब्रांच खुली श्री मुक्तसर साहब विच, महापुरशां ने निम दे थले जाके दीवान लाया सी, निम दे थले। और ऐसी पिता गुरु गोबिंद सिंह साहब जी ने बांह फड़ी, अज सैकड़िया तो उपर 200 दे करीब अकाल अकैडमियां बन चुकियां ने। मैं साहबां दी हजूरी विच बैठा हाँ, शायद मेरी गल दा किसी नूं बुरा भी लग सकता है। अज असी जिहड़ी स्कूल कॉलेज खोले हुए ने ना, एक व्यापारिक अदारे दी साडी नजरिया बन गया, व्यापारिक अदारे बना ले ने, वध तो वध फीसां वसूल के असी बहुत सारियां एफ डियां ते बना लईआं असी बैंकां विच, पर कौम दे बच्चे साडे अजे भी अनपढ़ ने, क्योंकि गरीब उन्नी फीस नहीं दे सकदा जिन्नियां फीसां लईआं जा रहीआं ने। चाहे वह वड्डियां वड्डियां संस्थावां दे स्कूल ने, पर इस श्री कलगीधर ट्रस्ट बड़ू साहब दे उत्ते सतगुरां ने एक ऐसी बख्शिश कर दिती, रहमत कर दिती। आप महापुरशां ने ऐलान किया है कि मेरे कौम के जिहड़े प्रचारक ने ना, रागी ने, ढाडी ने, प्रचारक ने, उन्हां दे बच्चे किते अनपढ़ ना रह जाण, क्योंकि मजबूरी है उन्हां दी, पढ़ा नहीं सकते। मेरी कौम दे प्रचारकां दे बच्चे अनपढ़ ना रह जाण, इस करके उन्हां दे बच्चे बच्चियां नूं फ्री विद्या पढ़ाई जाएगी अकाल अकैडमिया दे विच, कोई फीस नहीं ली जाएगी उन्हां बच्चियां तो। ये होर कोई संस्था नहीं अज तक कर सकती कर सकी, ये करनी चाहीदी है। संत महापुरश संत बाबा अतर सिंह जी मस्तू आने वाले, मैं बेनती करदे हां, पहले संत ने जिन्हां नूं श्री अकाल तख्त साहिब तो संत दी उपाधि दे नाल सन्मानित किया गया है। संत तो बहुत ने, पर ऐसे संत नहीं मिलते। गज गज मैं मोती नहीं बन तर चंदन बन बन नाही, ऐसे जिहड़े संत ने हर एक नगर दे विच नहीं हो सकते हैं, जिवें हर एक हाथी दे मस्तक विच मोती नहीं, हर एक बन दे विच चंदन दा बिरश नहीं, हर एक नगर विच संत नहीं, क्योंकि संत बनना बहुत औखा है, संत बनना बहुत औखा है। भाई साहब भाई गुरदास जी दे बचन पढ़िए ना, ते भाई साहब ने बड़े प्यारे बचन कहे ने, कहिंदे जिस तरह असी अन्न बीजदे हन ते अन्न दे दाणे धरती विच बीजण तो लै के जिन्ना चिर उन्हां दा प्रशादा तैयार नहीं हो जांदा, अन्न सारी जिंदगी दुख सहिंदा है। पर कादे वास्ते दुख सहिंदा है? सारे संसारी जीवां दा आधार बनन वास्ते, आसरा बनन वास्ते, क्योंकि साहब कहिंदे अन्न बिना न होए सुकाल, तजिए अन्न न मिले गोपाल। प्रशादा हर एक ने छकना है, अमीर ने छकना है, गरीब ने छकना है, पर प्रशादा तैयार करने वास्ते अन्न नूं किन्ना दुख सहना पैंदा है। दूसरी उदाहरण दित्ती भाई साहब जी ने, जदों असीं कपाह दा बीज बीजदे हन, बीजण तो लैके कपड़ा सिउण तक सारी जिंदगी सारी उम्र वह दुख सहिंदी है। किहदे वास्ते?
ਸਾਡੇ ਤਨ ਟੱਕਣ ਵਾਸਤੇ, ਸਾਡਾ ਤਨ ਟੱਕਣ ਵਾਸਤੇ ਸਮਾਂ ਬਹੁਤਾ ਨਹੀਂ ਹੈ। ਇਸੇ ਤਰ੍ਹਾਂ ਜੋ ਸੰਤ ਮਹਾਂਪੁਰਸ਼ ਨੇ ਉਹ ਕਾਹਦੇ ਵਾਸਤੇ ਸੰਤ ਬਣਦੇ ਨੇ, ਸੰਸਾਰੀ ਜੀਵਾਂ ਦਾ ਉਧਾਰ ਕਰਨ ਵਾਸਤੇ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਿਆਰੇ ਸ਼ਬਦ ਕਹੇ ਨੇ, ਜੈਸੇ ਤੋ ਅੰਨ ਆਦਿ ਆਦਿ ਅੰਤ ਪਰਜੰਤ ਹੰਤ ਸਗਲ ਸੰਸਾਰ ਕੋ ਆਧਾਰ ਪਇਓ ਵਾਹੀ ਸਹਿ, ਜੈਸੇ ਤੋ ਕਪਾਸ ਤ੍ਰਾਸ ਸਹਿ ਨਾ ਉਸਾਸ ਕਢੇ, ਜਗਤ ਕੀ ਓਟ ਪਏ ਅੰਬਰ ਦਿਵਾਹੀ ਸਹਿ, ਤੈਸੇ ਮਨ ਸਾਧ ਸਾਧ ਸਾਧਨਾ ਕੋ ਸਾਧ ਪਇਓ, ਸਗਲ ਸੰਸਾਰ ਕੋ ਉਧਾਰ ਪਇਓ ਵਾਹੀ ਸਹਿ। ਸਾਧਨਾ ਕਰ ਕਰਕੇ, ਸਿਮਰਨ ਕਰ ਕਰਕੇ, ਸੇਵਾ ਕਰਕੇ, ਹੱਥੀ ਬਰਤਨਾਂ ਦੀ ਸੇਵਾ ਕਰਕੇ, ਬੰਦਗੀ ਕਰਕੇ ਉਹ ਸੰਤ ਬਣਦੇ ਨੇ। ਕਿਸ ਵਾਸਤੇ ਬਣਦੇ ਨੇ? ਸੰਸਾਰੀ ਜੀਵਾਂ ਦਾ ਉਧਾਰ ਕਰਵਾਉਣ ਵਾਸਤੇ, ਕਿਉਂਕਿ ਸੰਤ ਪਰਮਾਤਮਾ ਨਾਲ ਜੋੜਦੇ ਨੇ। ਸੰਤ ਨੂੰ ਇਸੇ ਕਰਕੇ ਨਿਤ ਅਵਤਾਰ ਕਿਹਾ ਗਿਆ। ਸੰਤ ਅਨੰਤੈ ਅੰਤਰ ਨਾਹੀਂ, ਸੰਤ ਵਿੱਚ ਤੇ ਪਰਮਾਤਮਾ ਵਿੱਚ ਅੰਤਰ ਨਹੀਂ। ਪਰ ਕਿਹੜਾ ਸੰਤ? ਜਿਹੜਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕੱਪੜੇ ਪਾਉਣ ਦੇ ਨਾਲ ਸੰਤ ਨਹੀਂ ਬਣਦਾ ਹੈ। ਜਿਹੜੇ ਸਵਾਸ ਗਿਰਾਸ ਪਸ਼ਟ ਜਪਦੇ ਨੇ, ਹਰ ਇੱਕ ਸਾਸ ਦੇ ਨਾਲ ਜਪਦੇ ਨੇ। ਸਾਹਿਬਾਂ ਨੇ ਤੇ ਸਾਨੂੰ ਹਦਾਇਤ ਕੀਤੀ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਿਟ ਹੈ ਪਾਪ ਜਪੀਐ ਹਰ ਬਿੰਦ, ਹਕਾਰ ਹਰ ਕਰਨ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉੱਜਲ ਮੱਥਾ। ਪਰਮਾਤਮਾ ਦੀ ਦਰਗਾਹ ਵਿੱਚ ਤੇਰਾ ਮੱਥਾ ਉੱਜਲ ਹੋਵੇਗਾ। ਰੇ ਰੇ ਦਰਗਾਹ ਕਹੇ ਨਾ ਕੋਉ, ਆਓ ਬੈਠੇ ਆਦਰ ਸਭ ਦੇਉ, ਉੱਥੇ ਵੀ ਸਤਿਕਾਰ ਮਿਲੇਗਾ। ਇਸ ਕਰਕੇ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਦੇਣ ਹੈ। ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਾ ਹੈ, ਉਹਨਾਂ ਤੋਂ ਵਰਸਾਏ ਇਹ ਸੰਪਰਦਾਇ। ਡਾਕਟਰ ਖੇਮ ਸਿੰਘ ਜੀ ਗਿੱਲ ਸਾਹਿਬ ਕਿਤਨੇ ਵੱਡੇ ਅਹੁਦੇ 'ਤੇ ਰਹੇ, ਔਰ ਪਰਮ ਸਤਿਕਾਰਯੋਗ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਸੰਸਾਰਕ ਕਿਤਨਾ ਸਤਿਕਾਰ ਉਹਨਾਂ ਨੂੰ ਪ੍ਰਾਪਤ ਹੋਇਆ। ਪਰ ਗੁਰੂ ਦੀ ਚਾਕਰੀ ਕਰਨ ਦੇ ਵਿੱਚ ਲੱਗ ਗਏ, ਅਤੇ ਗੁਰੂ ਦੀ ਚਾਕਰੀ ਕਰਦਿਆਂ ਕਰਦਿਆਂ ਇਤਨਾ ਜ਼ਿਆਦਾ ਪਰਉਪਕਾਰ ਉਹਨਾਂ ਨੇ ਕੀਤਾ ਅਤੇ ਕਰ ਰਹੇ ਨੇ। ਅੱਜ ਕਿਸੇ ਸਟੇਟ ਵਿੱਚ ਚਲੇ ਜਾਓ, ਤੁਹਾਨੂੰ ਅਕਾਲ ਅਕੈਡਮੀਆਂ ਮਿਲਣਗੀਆਂ। ਅਤੇ ਮੈਂ ਬੇਨਤੀ ਕਰਾਂ, ਸਕੂਲ ਤਾਂ ਸਾਰੇ ਚੰਗੇ ਨੇ, ਪਰ ਜਿੱਥੋਂ ਸਾਡੇ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇ ਨਾਲ ਆਤਮਿਕ ਵਿੱਦਿਆ ਵੀ ਪ੍ਰਾਪਤ ਹੋਵੇ, ਸਾਡੀ ਧਾਰਮਿਕ ਵਿੱਦਿਆ ਵੀ ਪ੍ਰਾਪਤ ਹੋਵੇ, ਉਹ ਅਕਾਲ ਅਕੈਡਮੀਆਂ ਨੇ। ਇਹ ਤੁਸੀਂ ਕੀਰਤਨ ਸਰਵਣ ਕਰ ਦਿਓ ਬੱਚੀਆਂ ਦੇ ਪਾਸੋਂ, ਬੱਚਿਆਂ ਦੇ ਪਾਸੋਂ ਢਾਡੀ ਵਾਰਾਂ ਤੁਸੀਂ ਸਰਵਣ ਕਰਦੇ ਹੋ, ਕਵੀਸ਼ਰੀ ਜਥੇ ਬਣੇ ਹੋਏ ਨੇ। ਔਰ ਸਤਿਗੁਰਾਂ ਦੀ ਕਿਤਨੀ ਮਹਾਨਤਾ, ਬਖਸ਼ਿਸ਼ ਹੈ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜਿਹੜੇ ਰਾਗ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀ, ਬੱਚਿਆਂ ਨੇ ਉਸੇ ਰਾਗਾਂ ਵਿੱਚ ਗਾਇਨ ਕੀਤੀ ਹੈ। ਆਪ ਜੀ ਟੀਵੀ 'ਤੇ ਦੇਖਦੇ ਰਹੇ ਹੋ, ਇਹ ਪੰਥਕ ਸੰਪਰਦਾਇ, ਪੰਥਕ ਸੰਸਥਾ ਹੈ, ਅਤੇ ਐਸੀ ਸੰਸਥਾ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ, ਸਹਿਯੋਗੀ ਬਣਨਾ ਚਾਹੀਦਾ, ਅਤੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਸਾਨੂੰ ਹਾਜ਼ਰੀਆਂ ਲਵਾਉਣੀਆਂ ਚਾਹੀਦੀਆਂ ਨੇ। ਜਿੱਥੇ ਇਸ ਟਰੱਸਟ ਵੱਲੋਂ ਇਤਨਾ ਉਪਰਾਲਾ ਕੀਤਾ ਜਾਂਦਾ ਹੈ, ਅਸੀਂ ਕੇਵਲ ਆ ਕੇ ਹਾਜ਼ਰੀ ਲਵਾਇਆ ਕਰੀਏ, ਕੇਵਲ ਆ ਕੇ ਬੈਠ ਕੇ ਸਰਵਣ ਕਰਿਆ ਕਰੀਏ,
उम्र दराज दे विच भी महापुरश आप सतगुरु जी दी पावन गोद विच सज बैठे ने, असी क्यों नहीं संगत विच आके बैठ दे। ये भाई बहुत वड्डे भागां दी गल है, लाहा प्राप्त करिए, क्योंकि समा आग्या नहीं देंदा कि दास बहुता कुछ कहे। केवल गुरु चरणा विच अरदास है। श्री कलगी धार धार ट्रस्ट बड़ू साहब और इन्हां दीयां जो अकाल अकैडमियां ने सतगुरु जी प्रबंधकां नूं बच्चियां नूं स्टाफ नूं चढ़दी कला बख्शिश करन और इसे तरह महान परउपकार दे उपराले करदे रहन। अज लोड़ है कौम दे बच्चे बच्चियां नूं वधिया तो वधिया पढ़ाई करवा के एजुकेटड करवा के उन्हां नूं असी चंगे आला अफसर बनाइए, सारे सिविल विच वी फौज विच वी, तां कि जिथे साडा बच्चा अफसर होवेगा ना उत्थे साडा प्रचार अपने आप ही हो जाना है। जिथे अमृतधारी बाणी ते बाणे दा कोई डीसी बैठा होवेगा ना सारी कचहरी अपने आप प्रचार दे नाल जुड़ जाएगी। अज लोड़ है बच्चियां नूं संभालण दी, बच्चियां नूं संभालण वास्ते साडी सारियां दी जिम्मेवारी है। महापुरशां दे उत्ते सतगुरु जी रहमत करन, तंदुरुस्ती दी दात बख्शिश करन, इसे तरह आप भी जुड़दे रहन ते संगतां नूं जोड़दे रहन। होईयां भुल्लां ना चितारनियां, प्यार विच भेज के बुलाओ जी, वाहिगुरु जी का खालसा वाहिगुरु जी की फतेह।